ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਅੱਜ ਦੀ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਜਿਹੜੀ ਹੈਗੀ ਆ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਸਾਉਣ ਦਾ ਮਹੀਨਾ ਜਿਹੜਾ ਉਹ ਚੱਲਦਾ, ਠੀਕ ਹੈ। ਅਤੇ ਹੁਣ ਆ ਕੁੜੀਆਂ ਨੂੰ ਕੀ ਹੁੰਦਾ ਵੀ ਚੂੜੀਆਂ ਪਵਾਉਣੀਆਂ, ਮਹਿੰਦੀ ਲਵਾਉਣੀ, ਅਤੇ ਮਹਿੰਦੀ ਦਾ ਪ੍ਰੋਗਰਾਮ ਆ ਜਿਹੜਾ ਆਪਣੇ ਬੁਟੀਕ 'ਤੇ ਸਟਾਰਟ ਹੋ ਗਿਆ। ਬਾਏ ਸੋਨੂੰ ਧਾਲੀਵਾਲ ਕਰਵਾ ਰਹੇ ਨੇ ਵੀਰਪਾਲ ਧਾਲੀਵਾਲ, ਹੈ ਨਾ। ਦੋਨਾਂ ਦੇ ਗੋਤ ਸੇਮ ਨੇ, ਸੋਨੂੰ ਧਾਲੀਵਾਲ ਅਤੇ ਵੀਰਪਾਲ ਧਾਲੀਵਾਲ। ਸੋਨੂੰ ਧਾਲੀਵਾਲ ਦਾ ਜਿਹੜਾ ਬਈ ਮਹਿੰਦੀ ਲਾਉਣ ਦਾ ਐਕਸਪੀਰੀਅੰਸ ਆ, ਕਹਿੰਦੇ ਬਹੁਤ ਜ਼ਿਆਦਾ ਗਾ, ਕੁੜੀ ਬਹੁਤ ਸੋਹਣੀ ਮਹਿੰਦੀ ਲਾਉਂਦੀ ਹੈ। ਮੈਂ ਵੀ ਸੋਚ ਰਹੀ ਹਾਂ ਵੀ ਅੱਜ ਮਹਿੰਦੀ ਲਵਾ ਹੀ ਲਈਏ, ਦੇਖਦੇ ਹਾਂ। ਮਹਿੰਦੀ ਲਵਾ ਕੇ ਮੈਂ ਬਹੁਤ ਟਾਈਮ ਹੋ ਗਿਆ ਵਿਆਹ ਤੋਂ ਬਾਅਦ, ਮਸਾਂ ਇੱਕ ਅੱਧੀ ਵਾਰ ਲਾਈ ਹੋਣੀ, ਨਹੀਂ ਤਾਂ ਮਹਿੰਦੀ ਵੀ ਨਹੀਂ ਲਾਈ ਕਦੇ। ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰੀਕੇ ਦਾ ਡਿਜ਼ਾਇਨ ਆ ਜਿਹੜਾ ਬੀਬੀਆਂ ਉਹ ਪਾ ਰਹੀਆਂ ਨੇ, ਠੀਕ ਆ। ਅਤੇ ਪੈਰਾਂ ਤੋਂ ਸ਼ੁਰੂਆਤ ਕਰ ਰਿਹਾ, ਤੁਹਾਨੂੰ ਇੱਕ ਗੱਲ ਦੱਸਾਂ ਪਤੇ ਦੀ, ਤੁਸੀਂ ਵੀ ਦੱਸਿਓ ਬਾਈ ਮੈਨੂੰ। ਅਸੀਂ ਨਾ ਜੋ ਤੁਹਾਡੀ ਜਿੱਡੀਆਂ ਹੁੰਦੀਆਂ ਸੀ, ਮੈਂ ਤੁਹਾਡੀ ਜਿੱਡੀ ਹੁੰਦੀ ਸੀ, ਮੇਰੇ ਡੈਡੀ ਮਹਿੰਦੀ ਨਹੀਂ ਸੀ ਲਾਉਣ ਦਿੰਦੇ, ਹੱਥਾਂ 'ਤੇ ਨਹੀਂ ਸੀ ਲਾਉਣ ਦਿੰਦੇ, ਆ ਤਾਂ ਫਿਰ ਵੀ ਪੈਰਾਂ 'ਤੇ ਆ। ਕਹਿੰਦੇ ਮੈਂ ਬੂਟ ਜਰਾਬਾ ਪਾਲੂ ਜੇ ਕਿਸੇ ਨੂੰ। ਤੁਸੀਂ ਦੱਸੋ ਬਾਈ, ਆਪਣੇ ਨਾਲ ਵੈਸੇ ਹੁੰਦਾ ਤਾਂ ਹੀ ਸੀ, ਹੈ ਨਾ। ਮੇਰੇ ਨਾਲ ਤਾਂ ਹੀ ਹੁੰਦਾ ਸੀ, ਮੈਂ ਨਾ ਕਿਹੜਾ ਨੌ ਪਾਲਸ ਲਾਇਆ ਸੀ ਬਾਈ, ਤੁਹਾਨੂੰ ਸਾਰਿਆਂ ਨੂੰ ਅੱਜ ਗੱਲ ਦੱਸਾਂ। ਨੌ ਪਾਲਸ ਲਾਇਆ ਸੀ ਬਾਈ ਮੈਂ, ਡੱਬੀਆਂ ਵਾਲੀ, ਕਾਲੀ ਅਤੇ ਚਿੱਟੀ ਡੱਬੀ। ਸਾਡੇ ਨਾ ਕਾਲਜ ਦੇ ਵਿੱਚ ਜਿੱਥੇ ਮੈਂ ਪਲੱਸ ਵਨ ਪਲੱਸ ਟੂ ਕਰਦੀ ਸੀ, ਉੱਥੇ ਨਾ ਦੀਦੀਆਂ ਉਹ ਡਿਜ਼ਾਇਨਿੰਗ ਤਾਂ ਨਹੀਂ ਕਰਦੀਆਂ ਹੁੰਦੀਆਂ, ਪਤਾ ਨਹੀਂ ਕਾਹਦਾ ਬਿਊਟੀਸ਼ੀਅਨ ਦਾ ਕੋਰਸ, ਉਹ ਉਹਨਾਂ ਨੇ ਪ੍ਰੈਕਟੀਕਲ ਹੁੰਦਾ ਹੁੰਦਾ ਨਾ, ਉਹਨਾਂ ਨੇ ਮੈਨੂੰ ਬੁਲਾ ਕੇ ਮੇਰੇ ਲਾ ਤੀ ਭਾਈ, ਮੈਂ ਐਂ ਪੈਰ ਐਂ ਕਰੀ ਫਿਰ ਐਂ ਐਂ ਪੂਰੀ ਚੈੱਕ ਦੀ। ਫਿਰ ਮੇਰੇ ਡੈਡੀ ਆਏ ਭਾਈ ਖੇਤੋਂ, ਡੈਡੀ ਕਹਿੰਦੇ ਮੇਰੀ ਗੱਲ ਸੁਣ ਲਾ, ਠੀਕ ਆ, ਮੈਂ ਹੁਣ ਦੂਜੇ ਖੇਤ ਜਾਂਦਾ ਕੱਖ ਲੈਣ, ਮੇਰੇ ਆਉਂਦੀ ਨੂੰ, ਨਿਆਈ ਵਾਲਾ ਖੇਤ ਨਹੀਂ ਕਹਿੰਦੇ ਹੁੰਦੇ ਆਪਾਂ, ਮੇਰੇ ਆਉਂਦੀ ਨੂੰ ਕਹਿੰਦਾ ਆਹ ਚੱਕ ਕਰਦ ਖੁਰਚ ਦੇ, ਮੇਰੇ ਆਉਂਦੇ ਨੂੰ ਖੁਰਚਿਆ ਹੋਵੇ। ਮੈਂ ਜਿਉਂ ਲੱਗੀ ਭਾਈ ਇੰਨੀ ਮਿਹਨਤ, ਉਹ ਕੁੜੀ ਨੇ ਇੰਨੀ ਮਿਹਨਤ ਨਾਲ ਮੇਰੇ ਉਹ ਡਿਜ਼ਾਇਨ ਪਾਏ ਪੈਰਾਂ 'ਤੇ, ਮੈਂ ਜਿਉਂ ਲੱਗੀ ਖੁਰਚ ਨੌ ਪਾਲਸ ਲਾ ਤੀ। ਡੈਡੀ ਆਉਂਦੇ ਨੂੰ ਮੈਂ ਫ੍ਰੀ ਬੈਠੀ ਸੀ, ਹੁਣ ਤਾਂ ਆਪਣੇ ਹੁਣ ਤਾਂ ਬਾਹਲੇ ਐਡਵਾਂਸ ਹੋ ਗਏ ਪੇਰੈਂਟਸ, ਪਹਿਲਾਂ ਤਾਂ ਬਾਹਲਾ ਸਟ੍ਰਿਕਟ ਕੰਮ ਹੁੰਦਾ ਸੀ ਪੂਰਾ, ਪਰ ਇੰਨੇ ਕੀ ਵੀ ਗੱਲ ਆ ਵੀ ਇਹ ਕੰਮ ਨੂੰ ਲੈ ਕੇ ਹੁੰਦਾ ਸੀ। ਮੇਰੇ ਪਾਪਾ ਇਹ ਕਹਿੰਦੇ ਹੁੰਦੇ ਸੀ ਵੀ ਜਦੋਂ ਰੱਬ ਨੇ ਆਪਾਂ ਨੂੰ ਇੰਨਾ ਸੋਹਣਾ ਬਣਾਇਆ, ਠੀਕ ਆ, ਤਾਂ ਆਪਾਂ ਨੂੰ ਲੋੜ ਨਹੀਂ ਕਿ ਨਾ ਮੈਂ ਨਾ ਉਹ ਲਾ ਲਈ ਪਿੰਕ ਗੋਲੇ, ਨਹੀਂ ਆਉਂਦੇ ਹੁੰਦੇ ਪਿੰਕ ਖਾਣ ਵਾਲੇ, ਤੁਸੀਂ ਵੀ ਬਾਈ ਸਾਰਿਆਂ ਨੂੰ ਪਤਾ ਹੀ ਹੋਊਗਾ, ਗੋਲੇ ਆਉਂਦੇ ਹੁੰਦੇ ਆ, ਮੈਂ ਉਹ ਪਹਿਲਾਂ ਆਪਾਂ ਕਾਲੀ ਜੀ ਪਿੰਕ ਹੋ ਜਾਂਦੀ ਆ ਫਿਰ ਬੁੱਲਾਂ 'ਤੇ ਲਾ ਲੈਂਦੇ ਸੀ, ਅਤੇ ਉਹ ਮੈਂ ਬੁੱਲਾਂ 'ਤੇ ਲਾ ਲਈ। ਮੇਰੇ ਡੈਡੀ ਨੇ ਮੈਨੂੰ ਇੱਕ ਗੱਲ ਕਹੀ ਪਿਆਰ ਨਾਲ ਸਮਝਾ ਕੇ, ਕਹਿੰਦਾ ਪੁੱਤ ਪਰਮਾਤਮਾ ਨੇ ਆਪਾਂ ਨੂੰ ਸੋਹਣਾ ਬਣਾਇਆ, ਆਪਾਂ ਆਪਣੇ ਵੈਸੇ ਬੁੱਲ ਪਿੰਕ ਬਣਾਏ ਹੁੰਦੇ ਆ ਪਰਮਾਤਮਾ ਨੇ, ਠੀਕ ਆ, ਤਾਂ ਇਹਨਾਂ ਨੂੰ ਹੋਰ ਤਰਾਸ਼ਣ ਦੀ ਕੀ ਜ਼ਰੂਰਤ ਆ, ਕੁਦਰਤ ਨਾਲ ਛੇੜਛਾੜ ਨਾ ਕਰੋ ਗੱਲ। ਪਰ ਠੀਕ ਆ, ਆਪਾਂ ਫੈਸ਼ਨ ਦਾ ਯੁੱਗ ਆ, ਦੇਖੋ ਮੈਂ ਵੀ ਫੋਲੋ ਕਰਦੀ ਹਾਂ, ਆਪਾਂ ਵੀ ਸਾਰੇ ਫੋਲੋ ਕਰਦੇ ਹਾਂ, ਪਰ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਵਧੀਆ ਲੱਗਦੀਆਂ ਹੁੰਦੀਆਂ ਸੀ, ਛੋਟੀ ਜਿਹੀ ਝਿੜਕ ਵਧੀਆ ਲੱਗਦੀ ਹੁੰਦੀ ਸੀ। ਅਤੇ ਮਹਿੰਦੀ ਮੁੰਦੀ ਤਾਂ ਮੇਰੇ ਪਾਪਾ ਜਮੀ ਨਹੀਂ ਸੀ ਪਹਿਲਾਂ, ਪਰ ਜਮੀ ਨਹੀਂ ਸੀ ਰੋਕਦੇ ਜੇ ਅਸੀਂ ਖੇਡੀ ਜਾਂਦੇ ਦੋ ਦੋ ਤਿੰਨ ਤਿੰਨ ਘੰਟੇ, ਮੁੰਡੇ ਕੁੜੀਆਂ ਤਾਂ ਇਕੱਠੀ ਖੇਡੀ ਜਾਂਦੇ ਰਹਿੰਦੇ ਸੀ, ਬੜਾ ਖੇਡਦੇ। ਹੁਣ ਤਾਂ ਕੋਈ ਜਵਾਕ ਹੀ ਨਹੀਂ ਖੇਡਦਾ ਗਲੀਆਂ 'ਚ, ਬਸ ਤਾਂ ਅਸੀਂ ਖੇਡੀ ਜਾਂਦੇ ਕਮਲਿਆਂ ਵਾਂਗੂ, ਹੈ ਨਾ, ਲੁਕਣ ਮਚੀਚੀ। ਜਦੋਂ ਨਾ ਨਰਮਾ ਚੁੱਕ ਦਿੰਦੇ, ਨਰਮਾ ਚੁੱਕਣ ਤੋਂ ਬਾਅਦ ਉਹ ਸਟੀਆਂ ਵਾਲੇ ਸੈੱਡ ਲੱਗ ਜਾਂਦੇ, ਉਹਦੇ ਵਿੱਚ ਨਾਲੇ ਤਾਂ ਥੋੜ੍ਹਾ ਥੋੜ੍ਹਾ ਨਰਮਾ ਹੁੰਦਾ, ਸਾਰੇ ਜਵਾਕ ਮਿਲ ਕੇ ਉਹ ਤੂੰ ਵੀ ਚੁੱਕਣਾ ਤੂੰ ਵੀ ਚੁੱਕਣਾ ਲਿਫਾਫੇ ਲੈ ਕੇ ਨਰਮਾ ਚੁੱਕੀ ਜਾਂਦੇ ਵਿੱਚ ਪਾਈ ਜਾਂਦੇ, ਉਹ ਇੰਨਾ ਹੋ ਜਾਂਦਾ। ਫਿਰ ਦੁਕਾਨ 'ਤੇ ਵੇਚ ਆਉਂਦੇ, ਸਾਰੇ ਜਣੇ ਰਲ ਕੇ ਟੋਫੀਆਂ ਖਾਂਦੇ। ਹਾਂ ਉਹ ਤਾਂ ਗੱਲ, ਤੇਰੀ ਪੈਂਟ ਲਿਬੜੂ ਮਹਿੰਦੀ ਨਾਲ। ਕਿਆ ਬਾਤ ਹੈ ਬਾਈ, ਮਹਿੰਦੀ ਬਾਏ ਸੋਨੂੰ ਧਾਲੀਵਾਲ, ਵੈਰੀ ਗੁੱਡ ਬੱਚੇ, ਬਹੁਤ ਜ਼ਿਆਦਾ ਸੋਹਣੀ ਮਹਿੰਦੀ ਲਾਈ ਆ। ਕੱਲ੍ਹ ਪੁੱਤ ਕਿਸੇ ਨੇ ਕਮੈਂਟ ਕੀਤਾ ਵੀ ਤੁਹਾਡੇ ਤੋਂ ਕੰਮ ਵਾਲਾ ਕਰਾਇਆ ਜਾਂਦਾ ਬੁਟੀਕ 'ਤੇ, ਉਹ ਹੋ ਵੀਰਪਾਲ ਤਰਸ ਆ ਗਿਆ ਮੈਨੂੰ ਬਾਈ ਤੁਹਾਡੇ 'ਤੇ ਅੱਜ ਫਿਰ ਮੈਂ ਤੁਹਾਨੂੰ ਤਾਂ ਹੀ ਕਿਹਾ ਮਹਿੰਦੀ ਲਾ ਲੂੰ।
ਦੇਖ ਲਓ ਬਾਈ ਤੁਸੀਂ ਕਹਿ ਰਹੇ ਹੋ ਆਹ ਮੇਰੇ ਆਉਂਦੀ ਨੂੰ ਮਹਿੰਦੀ ਲਾਈ ਜਾਂਦੀਆਂ ਸੀਗੀਆਂ ਇਹ ਕੋਈ ਕੰਮ ਨਹੀਂ ਕਰਦੀਆਂ ਸੀ ਦੋਨੇ ਜਾਣੀਆਂ ਹਾਂ ਹਾਂਜੀ ਬਾਈ ਅਤੇ ਜਿਹੜੇ ਆਪਾਂ ਕੱਲ੍ਹ ਸੂਟ ਰੈਡੀ ਕੀਤੇ ਸੀ ਲਵੈਂਡਰ ਕਲਰ ਵਾਲੇ ਉਹ ਸਾਰੇ ਹੋ ਗਏ ਸੇਲ ਠੀਕ ਹੈ ਉਹ ਹੋ ਗਿਆ ਹੁਣ ਆਊਟ ਆਫ ਸਟੋਕ ਸਾਰਾ ਸਟੋਕ ਜਿਹੜਾ ਹੈਗਾ ਉਹਦੇ ਨਾਲ ਦਾ ਖਤਮ ਹੋ ਗਿਆ ਤਾਂ ਹੁਣ ਆਪਾਂ ਹੋਰ ਰੈਡੀ ਕਰਨੇ ਆ ਸੂਟ ਠੀਕ ਆ ਐਂ ਮੰਨ ਲਓ ਕੱਲ੍ਹ ਜਾਂ ਪਰਸੋਂ ਨੂੰ ਰੈਡੀ ਹੋ ਜਾਣਗੇ ਅਤੇ ਫਿਰ ਮੈਂ ਤੁਹਾਨੂੰ ਦਿਖਾਊਂਗੀ ਅਤੇ ਬਾਕੀ ਕੋਟਨ ਦੇ ਸੂਟ ਆਏ ਆਪਣੇ ਕੋਲ ਨਵੇਂ ਠੀਕ ਆ ਉਹਨਾਂ 'ਤੇ ਵਰਕ ਕਰਾ ਲਾਂ ਮੈਂ ਤਾਂ ਮੈਂ ਸੋਚਦੀ ਹਾਂ ਵੀ ਰੱਖੜੀ 'ਤੇ ਉਹਨਾਂ 'ਤੇ ਔਫਰ ਲਗਾ ਦਈਏ ਆਪਾਂ ਬਾਕੀ ਤੁਸੀਂ ਦੱਸ ਦਿਓ ਮੈਨੂੰ ਵੀ ਕਿੱਦਾਂ ਚੱਲਦਾ ਸਭ ਹੈ ਨਾ ਤਾਂ ਕਿੱਦਾਂ ਦਾ ਵਰਕ ਪਸੰਦ ਆ ਤੁਹਾਨੂੰ ਉਹ ਚੀਜ਼ ਵੀ ਤੁਸੀਂ ਦੱਸ ਸਕਦੇ ਹੋ ਬਾਕੀ ਮੈਂ ਰੱਖੜੀ 'ਤੇ ਸਪੈਸ਼ਲ ਕੋਟਨ ਦੇ ਸੂਟਾਂ 'ਤੇ ਵਰਕ ਕਰਵਾ ਰਹੀ ਹਾਂ ਤਾਂ ਉਹ ਮੈਂ ਔਫਰ ਦੇ ਵਿੱਚ ਹੀ ਦੇਣੇ ਆ ਬਸ ਜਿਵੇਂ 1500 ਦੇ ਵਿੱਚ ਤੁਹਾਨੂੰ ਸੂਟ ਵਿਧ ਦੁਪੱਟਾ ਠੀਕ ਆ ਸਾਰਾ ਕੁਛ ਦੇ ਦੇਣਾ ਗਾ 2500 ਦੇ ਵਿੱਚ ਵਿਧ ਸਟਿਚਿੰਗ ਐਵਰੀਥਿੰਗ ਸਲਵਾਰ 'ਤੇ ਵਰਕ ਕਰਕੇ ਦਊਂਗੀ ਠੀਕ ਆ ਵਰਕ ਕਰਵਾ ਰਹੀ ਹਾਂ ਬਸ ਮੈਂ ਸੂਟਾਂ 'ਤੇ ਵਰਕ ਕਰਵਾਉਣਾ ਜੇ ਤੁਸੀਂ ਪਹਿਲਾਂ ਬੁਕਿੰਗ ਕਰਨੀ ਆ ਤਾਂ ਤੁਸੀਂ ਕਰ ਸਕਦੇ ਹੋ ਫਿਰ ਮੈਨੂੰ ਵਟਸਐਪ 'ਤੇ ਮੈਸੇਜ ਭੇਜ ਦਿਓ ਸੂਟ ਦੀ ਫੋਟੋਆਂ ਸੈਂਡ ਕਰ ਦੂੰ ਫਿਰ ਮੈਂ ਵਟਸਐਪ 'ਤੇ ਤੁਹਾਨੂੰ ਠੀਕ ਆ ਜੇ ਕਿਸੇ ਨੇ ਪਹਿਲਾਂ ਪ੍ਰੀ ਬੁਕਿੰਗ ਕਰਨੀ ਆ ਬਿਕੋਜ਼ ਬਾਅਦ 'ਚ ਫਿਰ ਰਹਿੰਦਾ ਨਹੀਂ ਹੈਗਾ ਆਪਣੇ ਕੋਲ ਮਟੀਰੀਅਲ ਆਹ ਚੀਜ਼ ਹੋ ਜਾਂਦੀ ਆ ਹੋਰ ਕੋਈ ਚੱਕਰ ਨਹੀਂ ਪੈਂਦਾ ਅਤੇ ਬਾਕੀ ਆਪਣੇ ਕੋਲ ਵਰਕ ਰੈਡੀ ਹੋ ਕੇ ਵੀ ਆਇਆ ਇੱਕ ਦੋ ਪੀਸ ਤਾਂ ਉਹ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਬਾਈ ਜਿਵੇਂ ਆਹ ਵਾਲਾ ਕਲਾਇੰਟ ਦਾ ਸੂਟ ਸੀ ਜਿਵੇਂ ਜੇ ਤੁਸੀਂ ਆਪਦਾ ਕੋਟਨ ਦਾ ਸੂਟ ਮੇਰੇ ਕੋਲ ਲੈ ਕੇ ਆਉਂਦੇ ਹੋ ਜਿਵੇਂ ਇਹ ਵਾਲਾ ਕਲਾਇੰਟ ਮੇਰੇ ਕੋਲ ਆਪਦਾ ਸੂਟ ਲੈ ਕੇ ਆਈ ਸੀ ਕੋਟਨ ਦਾ ਠੀਕ ਆ ਤਾਂ ਇਹਦੇ ਨਾਲ ਆਪਾਂ ਠੀਕ ਆ ਬੋਟਮ ਦੇ ਉੱਤੇ ਵਰਕ ਕਰਵਾ ਕੇ ਦਿੱਤਾ ਕਲਾਇੰਟ ਨੂੰ ਨਾਲੇ ਆਪਾਂ ਸਟਿੱਚ ਕਰਾਂਗੇ ਬੋਟਮ ਦੇ ਉੱਤੇ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜੀ ਚੀਜ਼ ਆ ਉਹ ਤਿਆਰ ਹੋਈ ਆ ਦੇਖੋ ਬਹੁਤ ਜ਼ਿਆਦਾ ਯੂਨੀਕ ਜਿਹੀ ਆਈਟਮ ਬਣੀ ਆ ਦੇਖ ਸਕਦੇ ਹੋ ਜੇ ਤੁਸੀਂ ਆਪਦਾ ਕੋਈ ਵੀ ਪੀਸ ਮੇਰੇ ਕੋਲ ਲੈ ਕੇ ਆਉਣੇ ਹੋ ਤਾਂ ਤੁਹਾਨੂੰ ਮੈਂ ਵਰਕ ਕਰਕੇ ਸਟਿਚਿੰਗ ਕਰਕੇ ਕਿਹੋ ਜਿਹਾ ਮਰਜ਼ੀ ਡਿਜ਼ਾਇਨ ਬਣਵਾ ਲਿਓ ਉਹੋ ਜਿਹਾ ਹੀ ਡਿਜ਼ਾਇਨ ਤੁਹਾਨੂੰ ਰੈਡੀ ਮਿਲੂਗਾ ਜੀ ਕਿਹੋ ਜਿਹਾ ਮਰਜ਼ੀ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਕਿੱਦਾਂ ਦਾ ਡਿਜ਼ਾਇਨ ਬਣਾਉਣਾ ਜਾਂ ਮੇਰੇ ਅਕੋਰਡਿੰਗ ਬਣਾਉਣਾ ਉਹ ਵੀ ਤੁਹਾਡੇ 'ਤੇ ਡਿਪੈਂਡ ਕਰਦਾ ਵਾ ਠੀਕ ਆ ਇਹ ਵਾਲਾ ਰੈਡੀ ਹੋ ਗਿਆ ਬਾਕੀ ਆਪਣੇ ਕੋਲ ਇੱਕ ਆਹ ਵਾਲਾ ਸੂਟ ਰੈਡੀ ਹੋ ਕੇ ਆਇਆ ਜਿਹੜਾ ਆਪਾਂ ਹੁਣ ਪਾਰਸਲ ਕਰਨਾ ਗਾ ਠੀਕ ਆ ਇਹ ਵਾਲਾ ਅਤੇ ਇੱਕ ਆਪਣੇ ਕੋਲ ਹੋਰ ਵੀ ਸੂਟ ਰੈਡੀ ਹੋਏ ਨੇ ਉਹ ਵੀ ਆਪਾਂ ਪਾਰਸਲ ਕਰਨੇ ਨੇ ਅੱਜ ਹੋ ਬਾਈ ਹੁਣ ਜਿਵੇਂ ਇੱਕ ਆਹ ਸੂਟ ਰੈਡੀ ਹੋ ਗਿਆ ਸੀ ਠੀਕ ਆ ਆਹ ਭੇਜਣਾ ਆਪਾਂ ਆਹ ਵਾਲਾ ਭੇਜਣਾ ਗਾ ਆਹ ਵਾਲਾ ਭੇਜਣਾ ਗਾ ਠੀਕ ਆ ਆਹ ਸੂਟ ਰੈਡੀ ਹੋ ਗਿਆ ਬਾਈ ਆਹ ਵਾਲੇ ਭੇਜਾਂਗੇ ਆਹ ਵਾਲੇ ਭੇਜਾਂਗੇ ਆਹ ਵਾਲਾ ਭੇਜਣਾ ਗਾ ਠੀਕ ਆ ਇਹ ਸਾਰੇ ਸੂਟ ਜਿਹੜੇ ਹੈਗੇ ਅੱਜ ਆਪਾਂ ਇਹ ਡਿਸਪੈਚ ਕਰਕੇ ਭੇਜਣੇ ਨੇ ਆਹ ਦੇਖੋ ਜਿਵੇਂ ਚਨੂਨ ਸਪੂਨ ਦਾ ਸਟਾਫ ਆ ਵੀ ਬਾਈ ਅਤੇ ਆਹ ਵੀ ਚਨੂਨ ਸਪੂਨ ਦਾ ਸਟਾਫ ਆ ਆਹ ਹੈਗਾ ਸੀਗਾ ਜੋਰਜੱਟ ਦਾ ਠੀਕ ਆ ਸਾਰੇ ਜਿਹੜੇ ਹੈਗੇ ਆ ਇਹ ਭੇਜਣੇ ਨੇ ਅੱਜ ਆਪਾਂ ਕੋਰੀਅਰ ਕਰਨੇ ਆ ਲਓ ਬਾਈ ਆਹ ਵਾਲੇ ਜਿਹੜੇ ਨਵੇਂ ਸੂਟ ਨੇ ਇਹ ਆ ਇਹ ਵਾਲੇ ਆਪਾਂ ਰੈਡੀ ਕਰਨੇ ਆਹ ਜਿਵੇਂ ਜਿਹੜਾ ਹੈਗਾ ਗਾ ਆਹ ਸੂਟ ਬਣਾਇਆ ਸੀ ਇਹਦੇ ਵਿੱਚ ਸੇਮ ਕਲਰ ਖਤਮ ਸੀ ਤਾਂ ਆਹ ਪ੍ਰਿੰਟ ਮਿਲਦਾ ਹੁਣ ਤਾਂ ਆਪਾਂ ਇਹ ਪ੍ਰਿੰਟ 'ਤੇ ਰੈਡੀ ਕਰ ਰਹੇ ਹਾਂ ਜਲਦੀ ਤੁਹਾਡੇ ਨਾਲ ਫੋਟੋਆਂ ਵੀਡੀਓ ਸ਼ੇਅਰ ਹੋਣਗੀਆਂ ਹੋਰ ਵੀ ਨਵੇਂ ਪ੍ਰਿੰਟ ਆਪਣੇ ਕੋਲ ਆਏ ਆ ਠੀਕ ਆ ਆਹ ਦੇਖ ਸਕਦੇ ਹੋ ਤੁਸੀਂ ਪਿਓਰ ਔਰਗੈਂਜ਼ਾ 'ਤੇ ਆ ਠੀਕ ਆ ਇਹ ਵੀ ਆਪਣੇ ਕੋਲ ਨਵੇਂ ਪ੍ਰਿੰਟ ਆ ਜਿਹੜੇ ਉਹ ਰੈਡੀ ਹੋਣਗੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਠੀਕ ਆ ਤਾਂ ਜੁੜੇ ਰਹੋ ਮੇਰੇ ਬਲੌਗ ਨਾਲ ਮੇਰੇ ਚੈਨਲ ਨਾਲ ਤੁਹਾਨੂੰ ਬੜੇ ਸੋਹਣੇ ਸੋਹਣੇ ਪ੍ਰਿੰਟ ਮਿਲਣਗੇ ਆਹ ਵਾਲੇ ਕਰਦੇ ਆਪਾਂ ਬਈ ਠੀਕ ਆ ਪੈਕ ਜਿਹੜੇ ਵੀ ਸੂਟ ਸੀਗੇ ਲਿਵਾਸ ਸੀ ਖਾਸ ਬਾਈ ਮੈਟਿਕਰ ਸੀਗੇ ਇਹ ਆਪਾਂ ਹੁਣ ਪਾਉਣ ਲੱਗ ਗਏ ਵਿੱਚ ਆਹ ਵਾਲੇ ਆਨ ਸਟਿੱਚ ਆਹ ਹੋ ਗਿਆ ਠੀਕ ਆ ਉਹ ਵੀ ਰੈਡੀ ਪਿਆ ਉਹ ਵੀ ਰੈਡੀ ਪਿਆ ਇਹ ਸਾਰੇ ਅੱਜ ਆਪਾਂ ਭੇਜ ਦੇਣੇ ਆ ਬਈ ਜਿੰਨੇ ਵੀ ਸੂਟ ਲਓ ਬਈ ਨਵੇਂ ਸੂਟ ਆਪਣੇ ਜਿਹੜੇ ਹੈਗੇ ਆ ਹੁਣ ਤਿਆਰ ਹੋ ਜਾਂਦੇ ਆ ਠੀਕ ਆ ਅਤੇ ਬਾਕੀ ਹੁਣ ਆਪਣਾ ਜਿਹੜਾ ਕੰਮ ਹੈਗਾ ਇੱਕ ਤਾਂ ਕੱਲ੍ਹ ਜਿੰਨੇ ਵੀ ਕਮੈਂਟ ਸੀਗੇ ਹੈ ਨਾ ਜਿਹੜੇ ਕੱਲ੍ਹ ਵਾਲੀ ਵੀਡੀਓ 'ਤੇ ਆਏ ਹੋਏ ਆ ਉਹਨਾਂ ਦੇ ਵੀ ਦੇਖਦੇ ਹਾਂ ਜਿਹੜੇ ਜਿਹੜੇ ਰਿਪਲਾਈ ਕਰਨ ਵਾਲੇ ਆ ਤਾਂ ਉਹਨਾਂ ਦੇ ਆਪਾਂ ਰਿਪਲਾਈ ਕਰ ਦਈਏ ਹੈ ਨਾ ਅਤੇ ਬਾਕੀ ਦਾ ਕੰਮ ਜਿਹੜਾ ਹੈਗਾ ਆਪਾਂ ਬਾਅਦ 'ਚ ਦੇਖਦੇ ਹਾਂ ਅਤੇ ਜੁਝਾਰ ਨੂੰ ਵੀ ਰੈਡੀ ਕਰਨਾ ਆਪ ਵੀ ਰੈਡੀ ਹੋਣਾ ਅੱਜ ਸੋਚ ਰਹੇ ਹਾਂ ਵੀ ਚੱਲ ਮੰਮੀ ਡੈਡੀ ਨੂੰ ਮਿਲ ਆਈਏ ਵਿੱਚ ਦੀ ਘੰਟਾ ਕੱਢ ਕੇ ਕੋਈ ਡਿੱਖਾਂ ਜਾ ਆਈਏ ਅਤੇ ਉੱਥੇ ਵੀ ਜਾ ਕੇ ਆਉਣਾ
ਹਾਂਜੀ ਲਓ ਬਾਈ ਹੁਣ ਕੱਲ੍ਹ ਵਾਲੇ ਬਲੌਗ 'ਤੇ ਜਿਹੜੇ ਕਮੈਂਟ ਸੀਗੇ ਉਹ ਪੜ੍ਹ ਲਈਏ ਆਪਾਂ। ਰਾਜਦੀਪ ਕੌਰ ਕਹਿੰਦੀ ਬਹੁਤ ਵਧੀਆ ਭੈਣ ਧਾਕੜ ਜੱਟੀ, ਭੈਣੇ ਧਾਕੜ ਬੰਨਣਾ ਪੈਂਦਾ, ਪਹਿਲਾਂ ਨਾ ਮੈਂ ਚੁੱਪ ਕਰ ਜਾਂਦੀ ਸੀ, ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਚੱਲ ਕੋਈ ਗੱਲ ਨਹੀਂ, ਫਿਰ ਪਤਾ ਕੀ ਆ ਜੇ ਕੋਈ ਹੋਰ ਵੀ ਅੱਗੇ ਕੰਮ ਕਰਨਾ ਚਾਹੁੰਦਾ ਹੈਗਾ ਤਾਂ ਅਗਲਾ ਉਹਨੂੰ ਵੀ ਚੁੱਪ ਕਰਾ ਦਿੰਦਾ ਹੈਗਾ, ਕਿਉਂ ਬਈ ਆਪਾਂ ਕਿਹੜਾ ਕਿਸੇ ਤੋਂ ਕੁਛ ਲੈ ਕੇ ਖਾਣਾ ਹੈ ਨਾ, ਆਪਣਾ ਕੰਮ ਆ, ਜਿਹੜੇ ਮੈਨੂੰ ਪਸੰਦ ਕਰਦੇ ਮੈਂ ਉਹਨਾਂ ਨੂੰ ਹੀ ਗਾਈਡ ਕਰਦੀ ਹਾਂ। ਵੀ ਤੁਹਾਨੂੰ ਕਿਸੇ ਨੇ ਧੱਕੇ ਨਾਲ ਕਿਹਾ ਵੀ ਤੁਸੀਂ ਵੀਡੀਓ ਨਹੀਂ ਦੇਖਣੀ, ਤੁਸੀਂ ਨਾ ਦੇਖੋ, ਸਕਿੱਪ ਕਰ ਸਕਦੇ ਹੋ, ਹੋਰ ਬਹੁਤ ਵਧੀਆ ਚੀਜ਼ਾਂ ਨੇ ਯੂਟਿਊਬ 'ਤੇ ਉਹ ਦੇਖ ਲਿਆ ਕਰੋ, ਪਰ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਹੋਰ ਕੁਛ ਹੋਰ ਬਹੁਤ ਲੋਕ ਯੂਟਿਊਬ 'ਤੇ ਵੀ ਗੰਦ ਪਾਉਂਦੇ ਨੇ, ਇੰਸਟਾ 'ਤੇ ਗੰਦ ਪਾਉਂਦੇ ਨੇ, ਉਹਨਾਂ ਨੂੰ ਜਾ ਕੇ ਬੋਲ ਲਓ ਨਾ, ਊਈਂ ਫਿਰ ਇੰਨਾ ਵੀ ਨਹੀਂ ਦੇ ਝੱਲਿਆ ਜਾਂਦਾ ਹੁੰਦਾ ਬਾਈ। ਗੁਰਵਾਜ ਦੀਦੀ ਕੋਈ ਹੈਂਡਵਰਕ ਦਾ ਡਿਜ਼ਾਇਨ ਦੱਸ ਦਿਓ ਜੋ ਸਿੰਪਲ ਵੀ ਹੋਵੇ ਅਤੇ ਸੋਹਣਾ ਵੀ। ਤੁਸੀਂ ਬਾਈ ਮੇਰੇ ਇੰਸਟਾਗ੍ਰਾਮ ਆਈ ਡੀ 'ਤੇ ਮਨਪ੍ਰੀਤ ਕੌਰ ਸੀਵੀਐਲ ਆਈ ਡੀ 'ਤੇ ਚੈੱਕ ਕਰ ਸਕਦੇ ਹੋ, ਉੱਥੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ। ਨਵਜੋਤ ਸ਼ਰਮਾ ਕਹਿੰਦੇ ਦੀਦੀ ਤੁਸੀਂ ਪਹਿਲਾਂ ਇੱਦਾਂ ਦੀ ਯੂਟਿਊਬ ਵਲੋਗਿੰਗ ਕਰਨ ਵਾਲੇ ਕੱਪਲ ਹੋ ਜਿਨ੍ਹਾਂ ਨੂੰ ਮੇਰੇ ਹਸਬੈਂਡ ਵੀ ਲਾਈਕ ਕਰਦੇ ਨੇ, ਮੈਨੂੰ ਵੀ ਤੁਸੀਂ ਬਹੁਤ ਪਸੰਦ ਹੋ, ਨੀਅਰ ਚੀਮਾ ਮੰਡੀ। ਥੈਂਕ ਯੂ ਨਵਜੋਤ ਬਾਈ, ਥੈਂਕ ਯੂ ਸੋ ਮੱਚ, ਅਤੇ ਭਰਾ ਨੂੰ ਸਪੈਸ਼ਲ ਮੇਰੇ ਵੱਲੋਂ ਧੰਨਵਾਦ ਕਹੀ ਵੀਰੇ, ਬਹੁਤ ਸਾਰਾ ਪਿਆਰ ਤੁਹਾਨੂੰ, ਕਿਉਂਕਿ ਬਾਈ ਆਪਾਂ ਕਦੇ ਨਾ ਤਾਂ ਦੇਖੋ ਕਿਸੇ ਨੂੰ ਗਲਤ ਗਾਈਡ ਕੀਤਾ, ਤੁਸੀਂ ਦੇਖ ਸਕਦੇ ਹੋ ਮੇਰੀ ਇੰਸਟਾਗ੍ਰਾਮ ਆਈ ਡੀ ਚੈੱਕ ਕਰਿਆ ਕਰੋ, ਮੈਂ ਤਾਂ ਅਸੀਂ ਤਾਂ ਪ੍ਰਮੋਸ਼ਨ ਵੀ ਬਹੁਤ ਘੱਟ ਕਰਦੇ ਹਾਂ, ਬਿਕੋਜ਼ ਸਾਨੂੰ ਇਹ ਹੁੰਦਾ ਵੀ ਸਾਡੇ ਕਰਕੇ ਕੋਈ ਬੰਦਾ ਕਿਸੇ ਦੇ ਪੈਸੇ ਮੁੱਕਰ ਜੇ ਜਾਂ ਕੋਈ ਹੋਰ ਚੀਜ਼ ਹੋ ਜੇ ਹੈ ਨਾ, ਤਾਂ ਅਗਲਾ ਸਾਨੂੰ ਕਹੂਗਾ, ਕਿਉਂਕਿ ਆਪਾਂ ਜੈਨੂਅਨ ਜੇ ਬੰਦੇ ਹਾਂ ਬਾਈ, ਆਪਾਂ ਰੀਅਲ ਰਹਿੰਦੇ ਹਾਂ, ਜਿੰਨੀ ਕੁ ਰੀਅਲ ਆਪਾਂ ਉੱਨੀ ਕੁ ਆਪਦੀ ਲਾਈਫ ਦਿਖਾਉਂਦੇ ਹਾਂ, ਆਪਾਂ ਨੂੰ ਇੰਨਾ ਕੁ ਹੁੰਦਾ ਨਹੀਂ ਗਾ, ਬਾਹਲਾ ਅਸੀਂ ਸੋਚਦੇ ਨਹੀਂ ਹੁੰਦੇ ਬਾਈ। ਮਨਦੀਪ ਹੁੰਦਲ ਜੀ ਤੁਹਾਡੇ ਵਲੌਗ ਬਹੁਤ ਮੋਟੀਵੇਟ ਕਰਦੇ ਆ, ਨਾਈਸ ਵਲੌਗ ਹੁੰਦੇ ਆ, ਤੁਹਾਡੀ ਬੋਟਮ ਸਟਾਈਲ ਬਹੁਤ ਸੋਹਣਾ, ਥੈਂਕ ਯੂ ਸੋ ਮੱਚ ਭੈਣੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਦਿਲੋਂ ਰਿਸਪੈਕਟ। ਮਨਪ੍ਰੀਤ ਭਿੰਦਰ ਤੁਸੀਂ ਬਹੁਤ ਸਾਫ਼ ਦਿਲ ਦੇ ਹੋ ਦੋਨੋਂ ਜਾਣੇ, ਤੁਹਾਡੀ ਬੋਲੀ ਬਹੁਤ ਸੋਹਣੀ ਲੱਗਦੀ ਹੈ, ਲਵ ਫਰੋਮ ਯੂ ਐੱਸ ਏ, ਸਟੇ ਪੋਜ਼ੀਟਿਵ ਐਂਡ ਸਪਰੈਡ ਲਵ। ਹਾਂਜੀ ਬਈ ਆਪਾਂ ਤਾਂ ਪਿਆਰ ਹੀ ਵੰਡੀਦਾ ਆਲਵੇਜ਼, ਪਰ ਤੁਹਾਨੂੰ ਪਤਾ ਨਾ ਵੀ ਜਿਹੜੇ ਲੋਕ ਹੁੰਦੇ ਨਾਲੇ ਬਈ ਇਹ ਕੋਈ ਹੇਟਰ ਹੂਟਰ ਨਹੀਂ ਹੁੰਦੇ, ਇਹ ਆਪਣੇ ਹੀ ਗਰੁੱਪ ਦੇ ਵਿੱਚੋਂ ਹੁੰਦਾ ਕੋਈ ਨਾ ਕੋਈ ਬੰਦਾ, ਜਿਹੜਾ ਕੀ ਆ ਸਾਹਮਣੇ ਆਪਣੇ ਬੋਲ ਨਹੀਂ ਸਕਦਾ ਆਪਣੇ ਫੇਸ 'ਤੇ, ਬਸ ਇਹ ਹੋਰ ਕਿਸੇ ਤੋਂ ਜਾਂ ਕੋਈ ਗਲਤ ਆਈ ਡੀ ਬਣਾ ਕੇ ਉਹ ਤੋਂ ਹੀ ਮੈਸੇਜ ਕਰਵਾ ਸਕਦਾ ਵੀ ਆਪਾਂ ਇਹਨਾਂ ਨੂੰ ਨੈਗੇਟਿਵ ਕਰੀਏ, ਪਰ ਇਹਨਾਂ ਨੂੰ ਐਂ ਪਤਾ ਨਹੀਂ ਵੀ ਅਸੀਂ ਨੈਗੇਟਿਵ ਨਹੀਂ ਹੋਣਾ, ਹੁਣ ਅਸੀਂ ਧਾਕੜ ਬਣ ਗਏ ਹਾਂ ਤਾਂ ਅਸੀਂ ਜਵਾਬ ਦੇਵਾਂਗੇ, ਸਾਡਾ ਹੱਕ ਇੱਥੇ ਰੱਖ, ਠੀਕ ਹੈ। ਅਤੇ ਰਮਨਦੀਪ ਕੌਰ ਦੀਦੀ ਜੀ ਜੁਝਾਰ ਦੀ ਹੈਲਥ ਹੀ ਦੱਸਦੀ ਆ ਵੀ ਉਹ ਕਿੰਨਾ ਐਕਟਿਵ ਅਤੇ ਸਮਾਰਟ ਆ, ਮੇਰਾ ਸਵੀਟ ਪੁੱਤ, ਸੋ ਪਲੀਜ਼ ਡੋਂਟ ਕੇਅਰ ਅਦਰ ਪੀਪਲ, ਜਸਟ ਇੰਜੋਏ ਯੂਅਰ ਫੈਮਿਲੀ ਵਿਦ ਫੈਮਿਲੀ। ਬਈ ਅਸਲ ਦੇ ਵਿੱਚ ਪਤਾ ਕੀ, ਲੋਕ ਨਾ ਆਪਣੇ 20 ਮਿੰਟਾਂ ਦੇ ਬਲੌਗ ਦੇ ਵਿੱਚੋਂ ਜਾਂ 15 ਸੈਕਿੰਡ ਦੀ ਰੀਲ ਦੇ ਵਿੱਚੋਂ ਆਪਾਂ ਨੂੰ ਜੱਜ ਕਰ ਲੈਂਦੇ ਆ। ਮੈਂ ਕਹਿੰਦੀ ਹਾਂ ਬਈ ਵੀ ਮੇਰਾ ਬੁਟੀਕ ਬਣਿਆ ਹੋਇਆ ਬਰਨਾਲੇ, ਇੱਥੇ ਆ ਕੇ ਦੇਖ ਕੇ ਜਾਇਆ ਕਰੋ, ਜਿਹੜੇ ਮੇਰੇ ਕੋਲ ਆਉਂਦੇ ਆ ਉਹਨਾਂ ਨੂੰ ਪਤਾ ਵੀ ਮੈਂ ਕਿਵੇਂ ਦੀ ਹਾਂ, ਮੈਂ ਆਪਦੇ ਬੱਚੇ ਨੂੰ ਕਿਵੇਂ ਹੈਂਡਲ ਕਰਦੀ ਹਾਂ, ਸਭ ਪਤਾ ਮੈਨੂੰ ਸਾਰੀਆਂ ਚੀਜ਼ਾਂ। ਹੇ ਦੀ ਤੁਹਾਡੇ ਕੋਲੋਂ ਵਿਆਹ ਦੀ ਬਰੀਲੀ 7 ਸੂਟ ਬਾਏ ਕਰਨੇ ਆ। ਹਾਂਜੀ ਬਈ ਕੋਈ ਗੱਲ ਨਹੀਂ, ਮੈਂ ਆਪਣੇ ਅਕੋਰਡਿੰਗ ਕਰ ਦੂੰ, ਪਰ ਤੁਸੀਂ ਮੇਰੇ ਵਟਸਐਪ ਨੰਬਰ 'ਤੇ ਮੈਸੇਜ ਕਰ ਦਿਓ ਇੱਕ ਵਾਰ। ਸੁਖਦੀਪ ਕੌਰ ਇਹਨਾਂ ਕੌਨਫੀਡੈਂਸ ਕਿੱਥੋਂ ਲੈ ਕੇ ਆਉਣੀ ਆ ਭੈਣੇ, ਭੈਣੇ ਜੇ ਇਹ ਕੌਨਫੀਡੈਂਸ ਨਾ ਹੋਊਗਾ ਤਾਂ ਬਾਹਲੀ ਵੱਡੀ ਮਾਰ ਖਾ ਜਾਂਗੇ, ਤੁਹਾਨੂੰ ਪਤਾ ਮਤਲਬ ਜਿੱਥੇ ਆਪਾਂ ਗਲਤ ਹਾਂ ਯਾਰ ਆਪਣੇ, ਮੈਂ ਕਹਿੰਦੀ ਮੇਰੇ ਲੱਖ ਛਿੱਤਰ ਪੈਣੇ ਚਾਹੀਦੇ ਜੇ ਮੈਂ ਗਲਤ ਹਾਂ, ਜਿੱਥੇ ਆਪਾਂ ਸਹੀ ਹਾਂ ਉੱਥੇ ਆਪਾਂ ਸਹੀ ਰਹਿਣੇ ਚਾਹੀਦੇ ਹਾਂ, ਤਾਂ ਉੱਥੇ ਕੋਈ ਨਹੀਂ ਬੋਲ ਸਕਦਾ ਫਿਰ। ਦਲਜੀਤ ਸਰਾਂ ਹੇ ਦੀ ਮੈਂ ਦੀ ਨੂੰ ਜਾਣਦੀ ਹਾਂ, ਅਸੀਂ ਸੂਟ ਬਣਵਾਏ ਸੀ ਇਹਨਾਂ ਤੋਂ ਮੇਰੀ ਸਿਸ ਦੀ ਮੈਰਿਜ 'ਤੇ, ਮੈਂ 2-3 ਵਾਰ ਮਿਲੀ ਹਾਂ ਇਹਨਾਂ ਨੂੰ, ਦੀ ਐਂਡ ਵੀਰੇ ਦਾ ਨੇਚਰ ਬਹੁਤ ਵਧੀਆ, ਪਲੀਜ਼ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਜੇ ਚੰਗਾ ਨਹੀਂ ਬੋਲ ਸਕਦੇ, ਇਹ ਕੁੜੀ ਬਹੁਤ ਮਿਹਨਤ ਕਰਕੇ ਅੱਗੇ ਆਈ ਆ, ਹਰ ਇੱਕ ਨੂੰ ਪਤਾ ਆਪਦੇ ਘਰ ਔਰ ਬੱਚਾ ਕਿੱਦਾਂ ਮੈਨੇਜ ਕਰਨਾ,
ਅਤੇ ਉਹ ਕਰ ਵੀ ਰਹੀ ਆ। ਅੱਜ ਕੱਲ੍ਹ ਲੋਅ ਫੈਮਿਲੀ 'ਚ ਕੁੜੀ ਆ ਮੰਥ ਨਹੀਂ ਕੱਟਦੀਆਂ ਆਪਦੇ ਸੱਸ ਸਹੁਰੇ ਨਾਲ, ਅਤੇ ਉਹ ਸਾਰਾ ਸਾਰੀ ਫੈਮਿਲੀ ਮਿਲ ਕੇ ਸਭ ਕੁਝ ਮੈਨੇਜ ਕਰਦੇ ਆ। ਫਿਰ ਲੋਕਾਂ ਨੂੰ ਕੀ ਪ੍ਰੋਬਲਮ ਆ ਜੋ ਮਾੜਾ ਬੋਲਦੇ ਆ। ਇੱਕ ਮਾਂ ਹੀ ਹੁੰਦੀ ਆ ਜੋ ਬੱਚੇ ਨੂੰ ਸਭ ਤੋਂ ਵੱਧ ਪਿਆਰ ਕਰਦੀ ਆ, ਉੱਥੋਂ ਉਹਦੀ ਟੇਕ ਕੇਅਰ ਕਰਦੀ ਹੈ। ਅਤੇ ਤੁਸੀਂ 10-15 ਮਿੰਟ ਦਾ ਬਲੌਗ ਦੇਖ ਕੇ ਬੋਲਣ ਲੱਗ ਜਾਂਦੇ ਆ, ਦਿਨ 'ਚ ਫਿਰ ਵੀ ਕੋਈ ਨਾ ਕੋਈ ਬੱਚੇ ਨੂੰ ਦੇਖ ਲੈਂਦੇ ਆ। ਰਾਤ ਨੂੰ ਨੀਂਦ ਨਾ ਪੂਰੀ ਕਰਕੇ ਮਾਂ ਬੱਚੇ ਨੂੰ ਦੇਖਦੀ ਆ, ਉਹ ਨਹੀਂ ਕੋਈ ਦੇਖਦਾ, ਬਸ ਬੋਲਣਾ ਆਉਂਦਾ ਲੋਕਾਂ ਨੂੰ। ਸਹੀ ਗੱਲ ਆ, ਜਿਵੇਂ ਇੱਕ ਵਾਰੀ ਰਾਤ ਨੂੰ ਕਿਤੇ ਬਲੌਗ ਬਣਾਵਾਂ ਨਾ, ਸ਼ਾਇਦ ਮੈਂ ਤੁਸੀਂ ਪਤਾ ਫਿਰ ਕੀ ਕਹਿਣਾ, ਇਹ ਬਲੌਗ ਬਣਾਉਣ ਵਾਸਤੇ ਐਂ ਕਰ ਰਹੀ ਆ, ਇਹ ਸਾਨੂੰ ਦਿਖਾਉਣ ਵਾਸਤੇ, ਇਹ ਵਿਊ ਲੈਣ ਵਾਲੀ ਰਾਤ ਨੂੰ ਵੀਡੀਓ ਬਣਾ ਰਹੀ ਆ, ਫਿਰ ਤੁਸੀਂ ਐਂ ਬੋਲਣਾ। ਇਹ ਤੁਸੀਂ ਕਿਸੇ ਗੱਲ 'ਤੇ ਵੀ ਨਹੀਂ ਮਾਣ ਹੈਗੇ, ਕਿਸੇ ਗੱਲ 'ਤੇ ਵੀ ਨਹੀਂ ਬਾਈ, ਇਹ ਲੋਕ ਕਿਸੇ ਗੱਲ 'ਤੇ ਵੀ ਨਹੀਂ ਮਾਣ। ਤੁਹਾਨੂੰ ਪਤਾ ਵੀ ਰਾਤ ਨੂੰ ਮੈਂ ਕਿਵੇਂ ਹੈਂਡਲ ਕਰਦੀ ਹਾਂ, ਠੀਕ ਆ। ਰਾਤ ਨੂੰ ਘੱਟੋ ਘੱਟ ਜੁਝਾਰ 10-12 ਵਾਰ ਉੱਠਦਾ ਗਾ ਰਾਤ ਨੂੰ, ਅਤੇ ਮੈਂ ਇੱਥੇ ਆ ਕੇ ਪਤਾ ਮੇਰਾ ਕੀ ਹੁੰਦਾ, ਟੱਚ ਵੁੱਡ ਮੇਰਾ ਸਟਾਫ ਬਹੁਤ ਵਧੀਆ ਜਿਹੜਾ ਕਹਿੰਦੇ ਦੀਦੀ ਤੁਸੀਂ ਰੈਸਟ ਕਰ ਲਓ, ਪਰ ਰੈਸਟ ਹੁੰਦੀ ਨਹੀਂ ਦਿਨੇ, ਬਿਕੋਜ਼ ਕੋਈ ਨਾ ਕੋਈ ਕਲਾਇੰਟ ਆ ਜਾਂਦਾ, ਠੀਕ ਆ, ਕਲਾਇੰਟ ਨੂੰ ਡੀਲ ਕਰਨਾ, ਠੀਕ ਆ, ਵਿੱਚ ਦੀ ਕੋਈ ਕੱਪੜਾ ਗਾ ਜ਼ਰੂਰੀ ਕੱਪੜਾ ਉਹ ਸਹੀ ਕਰਨਾ। ਮੈਂ ਕਹਿੰਦੀ ਹਾਂ ਵੀ ਮੇਰੀ ਨੀਂਦ, ਮੈਂ ਸਿਰਫ ਰਾਤ ਨੂੰ 3 ਜਾਂ 4 ਘੰਟੇ ਸੌਂਦੀ ਹਾਂ, ਬਟ ਠੀਕ ਆ ਵੀ ਮੇਰੀ ਡਾਇਟ ਅੱਛੀ ਆ, ਵੀ ਜਿਹੜਾ ਮੈਂ ਸਾਰਾ ਦਿਨ ਐਕਟਿਵ ਰਹਿੰਦੀ ਹਾਂ, ਨਹੀਂ ਤਾਂ ਮੈਂ ਡਿੱਗੀ ਰਹਾਂ, ਮੈਂ ਤੋਂ ਕੰਮ ਨਾ ਹੋਵੇ। ਤੁਸੀਂ ਦਿਨੇ ਜੱਜ ਕਰੀ ਜਾਂਦੇ ਹੋ ਬੰਦੇ ਨੂੰ, ਜਮਾਂ ਗੱਲ ਸਹੀ ਆ ਭੈਣੇ, ਫਿਰ ਇਹਨਾਂ ਨੇ ਐਂ ਜੱਜ ਕਰਨਾ, ਇਹ ਲੋਕ ਕਿਸੇ ਦੇ ਮਿੱਤ ਨਹੀਂ ਹੈਗੇ। ਥੈਂਕ ਯੂ ਸੋ ਮੱਚ ਬਈ ਦਲਜੀਤ, ਸੋ ਮੱਚ ਭੈਣੇ, ਬਹੁਤ ਸਾਰਾ ਪਿਆਰ ਤੁਸੀਂ ਇੰਨਾ ਸੋਹਣਾ ਰਿਪਲਾਈ ਕੀਤਾ। ਸੋਨੂੰ ਸੰਧੂ, ਸਾਡੇ ਕੋਲ ਅੱਜ ਮੀਂਹ ਪਿਆ ਲੰਬੀ ਬੱਦਲ ਤੋਂ ਲੰਬੀ ਬਾਦਲ, ਤੁਸੀਂ ਬਹੁਤ ਕਿਊਟ ਹੋ, ਥੈਂਕ ਯੂ ਭੈਣੇ। ਦੀਦੀ ਜੀ ਮੈਂ ਵੀ ਬੁਟੀਕ ਕਰਨਾ ਚਾਹੁੰਦੀ ਹਾਂ, ਮੈਂ ਪਟਿਆਲੇ ਤੋਂ ਅਮਨਪ੍ਰੀਤ ਕੌਰ, ਮੈਂ ਤੁਹਾਡੇ ਕੋਲ ਜ਼ਰੂਰ ਆ ਕੇ ਜਾਵਾਂਗੀ ਭੈਣੇ, ਤੁਸੀਂ ਮੇਰੇ ਕੋਲ ਆ ਜਿਓ। ਜੇ ਕਿਸੇ ਨੇ ਵੀ ਕੋਈ ਨੌਲੇਜ ਲੈਣੀ ਹੈ ਭੈਣੇ, ਐਨੀ ਟਾਈਮ ਮੋਸਟ ਵੈਲਕਮ, ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ, ਕਦੋਂ ਮਰਜ਼ੀ ਆਇਓ। ਲੋਕਾਂ ਦਾ ਕੀ ਆ, ਤੁਸੀਂ ਆਪਣੇ ਕੰਮ ਕਰਦੇ ਰਹੋ। ਹਾਂਜੀ ਬਾਈ ਜੋਬਨ, ਹੈਲੋ ਦੀ, ਪਲੀਜ਼ ਦੱਸ ਦਿਓ ਸੂਟ 'ਤੇ ਬਲ ਕਿਵੇਂ ਪਾਇਆ, ਪਲੀਜ਼। ਅੱਛਾ ਉਹ ਬਲ, ਠੀਕ ਆ ਭੈਣੇ, ਕੱਲ੍ਹ ਨੂੰ ਆਪਾਂ ਸੂਟ ਦੀ ਕਟਿੰਗ ਕਰਾਂਗੇ, ਉਹ ਫਿਰ ਮੈਂ ਤੁਹਾਨੂੰ ਦਿਖਾ ਦੂੰਗੀ। ਜੀਵਨ, ਜਿਹੜੇ ਕਹਿੰਦੇ ਆ ਤੁਹਾਨੂੰ ਇਹ ਬਲੌਗ ਹੀ ਬਣਾਉਂਦੀ ਆ ਸਿਰਫ, ਤਾਂ ਉਹ ਲੋਕ ਵੀ ਤਾਂ ਤੁਹਾਡਾ ਸਿਰਫ ਬਲੌਗ ਦੇਖਣ ਲਈ ਆਉਂਦੇ ਆ, ਉਹ ਵੀ ਤਾਂ ਕਰਨਾ, ਹੋਰ ਉਹਨਾਂ ਨੇ ਕਰਨਾ ਵੀ ਕੀ ਆ, ਵਿਹਲੇ ਨੇ ਮਿਲਣਾ ਗਾ ਉਹ ਵੀ। ਤੁਹਾਨੂੰ ਪਤਾ ਤੁਹਾਨੂੰ ਕਿਹੜਾ ਫਿਰ ਕੋਈ ਕੰਮ ਹੋਇਆ ਭੈਣੇ, ਸੋਚ ਸਮਝ ਕੇ ਬੋਲਿਆ ਕਰੋ, ਨਾਲੇ ਜੋ ਤੁਸੀਂ ਆਹ ਬੋਲਦੇ ਹੋ ਕੁੜੀਆਂ ਬੋਲਦੀਆਂ ਨੇ, ਸੇਮ ਆਫ ਯੂ ਗਾਈਜ਼, ਤੁਹਾਨੂੰ ਕਿਸੇ ਨੇ ਸਪੋਰਟ ਕੀਤੀ, ਤੁਸੀਂ ਮਨਪ੍ਰੀਤ ਦੀ ਨੂੰ ਗਲਤ ਬੋਲਿਆ ਨਹੀਂ, ਨਾ ਸਗੋਂ ਤੁਹਾਨੂੰ ਸਾਰੇ ਕਿਉਂ ਬੇਇੱਜ਼ਤੀ ਕਰਾਉਣੇ ਹੋ ਆਪਣੀ ਦੀ, ਤਾਂ ਤੁਹਾਨੂੰ ਕਹਿੰਦੇ ਆ, ਕਹਿੰਦੇ ਵੀ ਨਹੀਂ ਕੁਝ, ਉਦੋਂ ਪਹਿਲਾਂ ਲੋਕ ਹੀ ਰਿਪਲਾਈ ਕਰ ਦਿੰਦੇ ਆ, ਸੋ ਕਿਉਂ ਆਪਣੀ ਇੱਜ਼ਤ ਦਾ ਜਨਾਜ਼ਾ ਕੱਢਦੇ ਹੋ, ਜਿਨ੍ਹਾਂ ਨੂੰ ਬੋਲਦੇ ਹੋ ਉਹਨਾਂ ਦੀ ਰਿਸਪੈਕਟ ਹੋ ਜਾਂਦੀ ਆ, ਪਤਾ ਤੁਹਾਨੂੰ ਕੀ ਲੱਗਦਾ, ਅਸੀਂ ਉਹਨਾਂ ਨੂੰ ਬੋਲਦੇ ਹਾਂ ਗਲਤ ਨਹੀਂ, ਇਹ ਤੁਹਾਡੀ ਰਿਸਪੈਕਟ, ਪਤਾ ਲੱਗਦੀ ਆ ਵੀ ਤੁਹਾਨੂੰ ਕਿਸੇ ਨਾਲ ਕਿੰਨੀ ਕੁ ਅਕਲ ਦਿੱਤੀ ਆ, ਸੋ ਨਾ ਬੋਲਿਆ ਕਰੋ ਕਿਰਪਾ ਕਰਕੇ, ਨਾਲੇ ਤੁਸੀਂ ਦੇਖਣਾ ਵੀ ਆ, ਨਾਲੇ ਗਲਤ ਵੀ ਬੋਲਣਾ, ਜੇ ਨਹੀਂ ਪਸੰਦ ਨਾ ਦੇਖੋ। ਉਹ ਮਨਪ੍ਰੀਤ ਕਹਿੰਦੀ ਆ ਵੀ ਮੈਨੂੰ ਦੇਖੋ, ਇੱਜ਼ਤ ਕਰਾਉਣੀ ਆਪਣੇ ਹੱਥ ਹੁੰਦੀ ਆ, ਸੋ ਨਾ ਕਰੋ ਕੁੜੀਓ, ਕੁੜੀਆਂ ਬਣ ਕੇ ਰਹੋ, ਕਾਹਨੂੰ ਇਹਨਾਂ ਨੇ ਬੇਇੱਜ਼ਤੀ ਕਰਾਉਣੀ ਹੁੰਦੀ ਆ, ਭੈਣੇ ਫਿਰ ਹੀ ਟਿਕਦੀਆਂ ਨੇ, ਨਹੀਂ ਨਹੀਂ ਟਿਕਦੀਆਂ। ਆਪਣੇ ਕੋਲ ਆ ਗਏ ਸੀਗੇ ਕਲਾਇੰਟ, ਤਾਂ ਕਰਕੇ ਜਿਹੜੇ ਕੁਐਸਚਨਸ ਨੇ ਆਪਣੇ ਉਹ ਉਵੇਂ ਰਹਿ ਗਏ ਸੀਗੇ, ਸੋਰੀ ਬਾਈ। ਅਤੇ ਇੱਕ ਕਹਿੰਦੀ ਸਿਸਟਰ ਸੇਮ ਅਸੀਂ ਵੀ ਗੱਲ ਕਰਦੇ ਹਾਂ, ਜਿਵੇਂ ਮਸਾਂ ਮੌਕਾ ਮਿਲਦਾ ਹਾਊਸ 'ਚ ਬਿਜ਼ੀ ਹੈ ਬੱਚਿਆਂ 'ਚ। ਥੈਂਕ ਯੂ ਰਮਨ ਬਾਈ ਸੋ ਮੱਚ। ਇੱਕ ਗੁਰਮਨ ਨੇ ਮੈਸੇਜ ਕੀਤਾ, ਕਹਿੰਦੀ ਦੀਦੀ ਤੁਹਾਡਾ ਡਰੀਮ ਸੀਗਾ ਬੁਟੀਕ ਸ਼ੋਪ ਖੋਲ੍ਹਣ ਦਾ। ਹਾਂ ਬਾਈ ਮੇਰਾ ਡਰੀਮ ਸੀਗਾ, ਤਾਂ ਹੀ ਖੋਲ੍ਹੀ ਆ, ਠੀਕ ਹੈ।
ਤੇ ਇੱਕ ਕੁੜੀ ਨੇ ਕਿਹਾ ਵੀ ਦੀਦੀ ਤੁਹਾਡਾ ਬੁਟੀਕ ਦੇ ਸੂਟ ਬਹੁਤ ਸੋਹਣੇ ਹੁੰਦੇ ਆ, ਥੈਂਕ ਯੂ ਸੋ ਮੱਚ ਭੈਣੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਇੱਕ ਕੁੜੀ ਨੇ ਰਿਪਲਾਈ ਕੀਤਾ ਕਹਿੰਦੀ ਸਤਿ ਸ਼੍ਰੀ ਅਕਾਲ ਜੀ, ਜੋ ਇੱਕ ਮਾਂ ਕੇਅਰ ਕਰ ਸਕਦੀ ਹੈ ਨਾ ਦੂਜਾ ਕੋਈ ਨਹੀਂ ਕਰ ਸਕਦਾ, ਤੁਸੀਂ ਬਲੌਗ 'ਚ ਹੀ ਦੇਖ ਕੇ ਅੰਦਾਜ਼ਾ ਨਾ ਲਾਇਆ ਕਰੋ। ਠੀਕ ਹੈ ਬਾਈ, ਹੁਣ ਤਾਂ ਮੈਨੂੰ ਲੱਗਦਾ ਸਮਝ ਆ ਗਈ ਹੋਣੀ ਆ, ਬਾਕੀ ਪਤਾ ਨਹੀਂ। ਤੁਹਾਡੀ ਨਿਊ ਰਿੰਗ ਦਾ ਪ੍ਰਾਈਜ਼ ਦੱਸਿਓ ਮੈਮ। 35,000 ਦੀ ਬਣੀ ਸੀਗੀ ਬਾਈ ਇਹ, ਸਿੰਪਲ ਲਿਵਿੰਗ ਹਾਈ ਥਿੰਕਿੰਗ। ਸਹੀ ਗੱਲ ਹੈ ਜੀ, ਜਮਾਂ ਸਹੀ ਗੱਲ ਆ ਤੁਹਾਡੀ। ਰਾਜਵਿੰਦਰ ਬੈਣੀਪਾਲ, ਤੁਸੀਂ ਤਾਂ ਸਾਡੇ ਵਰਗੇ ਆਉਂਦੇ ਸੀ ਜੇ ਬੰਦੇ, ਵਧੀਆ ਲੱਗਦੇ ਹੋ ਗੱਲਬਾਤ। ਵੈਸੇ ਮੈਂ ਬਲੌਗਸ ਵਗੈਰਾ 'ਚ ਘੱਟ ਹੀ ਇੰਟਰਸਟਡ ਹਾਂ, ਬਟ ਤੁਸੀਂ ਫਸਟ ਹੋ ਜਿਨ੍ਹਾਂ ਨੂੰ ਸੁਣ ਕੇ ਦੇਖਣਾ ਵਧੀਆ ਲੱਗਦਾ। ਲੋਟਸ ਆਫ ਲਵ, ਥੈਂਕ ਯੂ ਸੋ ਮੱਚ ਭੈਣੇ। ਦੇਸੀ ਜੇ ਬੰਦੀ ਹਾਂ ਬਈ, ਆਪਾਂ ਵਾਲਾ ਕੋਈ ਐਡਾ ਕੰਮ ਹੈ ਨਹੀਂ, ਆਪਾਂ ਤਾਂ ਜਿਵੇਂ ਤੁਸੀਂ ਉਵੇਂ ਦੀ ਆਪਾਂਗੇ। ਕਮਲ ਕਹਿੰਦੀ ਵੀ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ ਦੀਦੀ, ਠੀਕ ਆ। ਤੁਹਾਡੀ ਫੈਮਿਲੀ, ਤੁਹਾਡੇ ਹਸਬੈਂਡ ਤੁਹਾਨੂੰ ਬਹੁਤ ਸਪੋਰਟ ਕਰਦੇ ਨੇ, ਅੱਧ ਤੋਂ ਵੱਧ ਵਿਊਵਰਸ ਤੁਹਾਨੂੰ ਸਪੋਰਟ ਕਰਦੇ ਨੇ, ਇੱਕ ਦੋ ਦੇ ਕਹਿਣ ਨਾਲ ਨਹੀਂ ਕੁਛ ਹੁੰਦਾ। ਸਹੀ ਗੱਲ ਆ ਬਈ। ਰਾਜਵਿੰਦਰ ਬੈਣੀਪਾਲ, ਦੀਦੀ ਆਈ ਐਮ ਗਰਲ ਐਂਡ ਡੇਲੀ ਕਮੈਂਟ ਰੀਡ ਕਰਿਆ ਕਰੋ, ਇਹਦੇ ਨਾਲ ਤੁਹਾਡੇ ਕਮੈਂਟਸ ਵੀ ਜ਼ਿਆਦਾ ਹੋਣਗੇ। ਹਾਂ ਸਹੀ ਗੱਲ ਆ ਬਈ, ਜਿੱਦਣ ਦੀ ਮੈਂ ਕਮੈਂਟਸ ਰੀਡ ਕਰਨ ਲੱਗੀ ਹਾਂ ਨਾ, ਜ਼ਿਆਦਾ ਹੁੰਦੇ ਆ ਉਹਦੇ ਨਾਲ, ਕਮੈਂਟ ਵੀ ਜ਼ਿਆਦਾ ਆਉਂਦੇ ਨੇ। ਅਤੇ ਹਰਮਨ ਅਟਵਾਲ ਦੀ, ਤੁਸੀਂ ਬਹੁਤ ਕਿਊਟ ਹੋ, ਹਮੇਸ਼ਾ ਤੁਹਾਨੂੰ ਸਪੋਰਟ ਆ, ਮੈਂ ਮਿਲਣਾ ਵੀ ਆ ਤੁਹਾਨੂੰ, ਨੈਗੇਟਿਵ ਪੀਪਲ ਨੂੰ ਹਮੇਸ਼ਾ ਇਗਨੋਰ, ਕੁੱਤੇ ਆ ਲੋਕ ਤਾਂ ਭੈਣੇ। ਯੂ ਆਰ ਇੰਡੀਪੈਂਡੈਂਟ ਮਦਰ, ਡਾਕਟਰ ਇਨ ਲੋ ਐਂਡ ਆਲਸੋ ਲੇਡੀ। ਸਾਰੀਆਂ ਭੈਣਾਂ ਨੂੰ ਮੈਂ ਇਹੀ ਕਹਿਣੀ ਆ ਬਈ, ਦੱਬ ਕੇ ਨਹੀਂ ਰਹਿਣਾ ਬਸ, ਠੀਕ ਹੈ। ਜਿੱਥੇ ਗਲਤੀ ਆ ਬਈ, ਸਿਰ ਝੁਕਾ ਕੇ ਮੰਗਾਂਗੇ ਮਾਫ਼ੀ, ਜਿੱਥੇ ਗਲਤੀ ਨਹੀਂ ਹੈਗੀ ਉੱਥੇ ਕੁਛ ਨਹੀਂ। ਦੀਦੀ ਕੰਟੀਨਿਊ ਵੜੀਰ ਵਾਲੀ ਵੀਡੀਓ ਨੈਕਸਟ ਬਲੌਗ ਜਾਂ ਫਿਰ ਸਨੈਪਚੈਟ 'ਤੇ ਪਾਇਓ, ਠੀਕ ਆ। ਜ਼ਰੂਰ ਦਿਖਾਊਂਗੀ, ਉਦੋਂ ਮੈਂ ਗਾਣਾ ਗਾਇਆ ਸੀ ਨਾ, ਰਿੱਕੀ ਲਈ ਗਾਇਆ ਸੀ, ਅਤੇ ਮੇਰੇ ਸਹੁਰਾ ਫੈਮਿਲੀ ਨੇ ਸਾਰਿਆਂ ਨੇ ਬੈਠ ਕੇ ਦੇਖਿਆ ਸੀਗਾ ਟੀ ਵੀ 'ਤੇ। ਦੀਦੀ ਬਲੌਗ ਕਿਹੜੀ ਐਪ 'ਤੇ ਐਡਿਟ ਕਰਦੇ ਹੋ? BN 'ਤੇ ਵੀਰੇ, ਪਿਓਰ ਕੋਟਾ ਡੋਰੀਏ ਦਾ ਦੁਪੱਟਾ ਪ੍ਰਾਈਜ਼ 250 ਬਈ। ਅਸੀਂ ਵੀ ਸਫ਼ਰ 'ਚ ਹੀ ਗੱਲਾਂ ਕਰਦੇ ਹਾਂ, ਹਾਂ ਆਲਮੋਸਟ ਸਾਰੇ ਸਫ਼ਰ 'ਚ ਗੱਲਾਂ ਕਰਦੇ ਹੁੰਦੇ ਆ। ਅਤੇ ਬਾਕੀ ਨਾਈਸ ਤੋਂ, ਵੈਰੀ ਨਾਈਸ, ਥੈਂਕ ਯੂ ਸੋ ਮੱਚ ਬਈ ਸਾਰਿਆਂ ਦਾ। ਹਾਂ ਇੱਕ ਰਮਨਦੀਪ ਕੌਰ ਕਹਿੰਦੀ, ਮੇਰੇ ਕਮੈਂਟ ਦਾ ਰਿਪਲਾਈ ਨਹੀਂ ਕਰਦੇ ਦੀਦੀ, ਤੁਸੀਂ ਤਕਦੀਰ ਦੇ ਬਰਡੇ 'ਤੇ ਵੋਚ ਬੰਨੀ ਸੀ, ਉਹਦਾ ਕੀ ਪ੍ਰਾਈਜ਼ ਸੀ? ਬਈ ਉਹ ਨਾ ਮੈਂ ਲੁਧਿਆਣੇ ਤੋਂ ਲਈ ਸੀ, ਮੈਨੂੰ ਪ੍ਰਾਈਜ਼ ਨਹੀਂ ਯਾਦ ਭੈਣੇ, ਜੇ ਮੈਨੂੰ ਯਾਦ ਹੁੰਦਾ ਤਾਂ ਮੈਂ ਦੱਸ ਦਿੰਦੀ ਵੀਰੇ। ਕੁਲਵੰਤ ਕਹਿੰਦੀ, ਅਸੀਂ ਵੀ ਗੱਡੀ 'ਚ ਗੱਲਾਂ ਕਰਦੇ ਹਾਂ, ਸਾਰਿਆਂ ਦਾ ਇਹੀ ਹਾਲ ਹੁੰਦਾ ਬਾਈ, ਹਰ ਕਾਰਨ ਤੁਸੀਂ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਭੈਣ, ਤੁਹਾਡੀ ਜੋੜੀ ਬਹੁਤ ਨਾਈਸ ਆ, ਥੈਂਕ ਯੂ ਭੈਣੇ, ਬਹੁਤ ਬਹੁਤ ਧੰਨਵਾਦ। ਇੱਕ ਕਹਿੰਦੀ, ਦੀਦੀ ਜੀ ਕੋਈ ਐਸੀਡਿਟੀ ਬਾਰੇ ਦੱਸ ਸਕਦੇ ਹੋ? ਬਹੁਤ ਜ਼ਿਆਦਾ ਬਣ ਰਿਹਾ, ਤਲੀਆਂ ਵਾਲੀਆਂ ਚੀਜ਼ਾਂ ਘੱਟ, ਮੇਰੇ ਤਾਂ ਬਾਹਲੀ ਬਣਦੀ ਹੈ, ਇਨੋ ਪੀ ਲੈਂਦੀ ਹੁੰਦੀ ਮੈਂ ਤਾਂ, ਰਾਤ ਨੂੰ ਬਣ ਜਾਂਦੀ ਬਾਈ 12 ਵਜੇ, ਫਿਰ ਉੱਠ ਕੇ ਇਨੋ ਪੀਂਦੀ ਹਾਂ ਮੈਂ, ਫਿਰ ਕਿਤੇ ਜਾ ਕੇ ਸਹੀ ਹੁੰਦੀ ਹੈ ਐਸੀਡਿਟੀ। ਰੂਟੀਨ ਮੇਕਅਪ ਸ਼ੋਰ ਭੈਣੇ, ਜ਼ਰੂਰ ਸ਼ੇਅਰ ਕਰਾਂਗੇ। ਜੀਰਾ ਚੱਬਿਆ ਕਰੋ ਸੁਬਾਹ, ਨਿਰਨੇ ਕਾਲ ਜੀ ਕਹਿੰਦੇ, ਐਂ ਕਿਹਾ ਇੱਕ ਬੰਦੇ ਨੇ, ਇਹ ਵੀ ਟਰਾਈ ਕਰਕੇ, ਮੈਂ ਤਾਂ ਆਪ ਟਰਾਈ ਕਰੂੰਗੀ ਭੈਣੇ, ਸਹੀ ਗੱਲ ਤੁਹਾਨੂੰ ਦੱਸਾਂ। ਬਾਕੀ ਸਾਰੇ ਸੋ ਸਵੀਟ, ਵੇਟ ਬਾਰੇ ਦੱਸ ਦਿਓ, ਕਿਵੇਂ ਵੇਟ ਲੂਜ਼ ਕੀਤਾ? ਤਰਨ ਤਾਰਨ ਕਹਿੰਦੇ, ਬਿਲਕੁਲ ਮੀਂਹ ਨਹੀਂ ਪਿਆ, ਬਹੁਤ ਸੈਡ ਵਾਲੀ ਗੱਲ ਆ ਬਈ। ਮਨਿੰਦਰ ਔਲਖ ਕਹਿੰਦੀ, ਇੰਨਾ ਕਿੱਦਾਂ ਬੋਲ ਲੈਂਦੇ ਹੋ, ਲੈਂਦੀ ਆ ਤੂੰ, ਕਿੰਨੀ ਵੱਕ ਵੱਕ ਕਰਦੀ ਆ, ਘਰ ਵਾਲਾ ਨੁੱਕਰ ਚ ਲਾਇਆ ਹੁੰਦਾ ਕੀ ਇਹਦਾ ਮਤਲਬ ਕੀ ਆ? ਨੁੱਕਰ ਚ ਲਾਇਆ ਹੁੰਦਾ
ਇੰਨਾ ਕਿੱਦਾਂ ਬੋਲ ਲੈਂਦੀ ਆ ਤੂੰ, ਕਿੰਨੀ ਵੱਕ ਵੱਕ ਕਰਦੀ ਆ, ਘਰ ਵਾਲਾ ਨੁੱਕਰ 'ਚ ਲਾਇਆ ਹੁੰਦਾ। ਭੈਣੇ ਮੇਰਾ ਘਰ ਵਾਲਾ ਬੋਲਦਾ ਹੀ ਨੀਗਾ, ਘੱਟ ਬੋਲਦਾ। ਤੇ ਨਾਲੇ ਇੱਕ ਗੱਲ ਦੱਸਾਂ, ਜਦੋਂ ਦੋ ਹਮਸਫ਼ਰ ਦੇ ਵਿੱਚ ਇੱਕ ਬੰਦਾ ਵੱਧ ਬੋਲੇ ਤੇ ਇੱਕ ਬੰਦਾ ਘੱਟ ਬੋਲੇ, ਉਹ ਨਾ ਜਿਹੜੀ ਅੰਡਰਸਟੈਂਡਿੰਗ ਹੁੰਦੀ ਆ ਨਾ, ਜਿਹੜਾ ਸਟੇਟਸ ਹੁੰਦਾ ਨਾ ਉਹ ਕਪਲਦਾਰੀ, ਕਿ ਉਹ ਕੀ ਹੁੰਦਾ, ਸਿਰੇ ਹੀ ਹੁੰਦਾ। ਤਾਂ ਇਹ ਗੱਲ ਤੂੰ ਸਮਝ ਨਹੀਂ ਸਕਦੀ ਸ਼ਾਇਦ, ਮੈਨੂੰ ਲੱਗਦਾ ਵੀ ਤੇਰੇ ਘਰ ਵਾਲਾ ਬਾਹਲਾ ਬੋਲਦਾ ਹੋਣਾ, ਤੂੰ ਨੁੱਕਰ 'ਚ ਲੱਗੀ ਹੋਏਗੀ, ਤੈਨੂੰ ਤਾਂ ਫੀਲ ਹੋਈ ਹੈ, ਤਾਂ ਹੀ ਤੂੰ ਕਮੈਂਟਾਂ 'ਚ ਆ ਕੇ ਬੋਲਦੀ ਚੱਕ ਮੇਰਾ ਬੋਲ ਪਿਆ ਘਰ ਵਾਲਾ, ਕਰ ਦੇ ਹੁਣ ਜਵਾਬ, ਨਾ ਦੇਖ ਵੀਡੀਓ ਇੰਨੀ ਵੱਕ ਵੱਕ ਲੱਗਦੀ ਆ। ਨਾਲੇ ਭਜਨ ਸੁਣਿਆ ਕਰੋ ਵੀਰੇ, ਤੁਸੀਂ ਭੈਣੇ ਤੂੰ ਭਜਨ ਸੁਣਿਆ ਕਰ, ਜਦੋਂ ਬਾਬਾ ਜੀ ਐਂ ਵਾਹਿਗੁਰੂ ਕਰਦੇ ਹੁੰਦੇ ਆ, ਹੈਂ ਆਹੋ। ਵੈਸੇ ਆਬਾ ਜੀ ਰਿਪਲਾਈ ਜ਼ਰੂਰ ਕਰਿਓ, ਠੀਕ ਹੈ ਇਹਨਾਂ ਦਾ। ਅਤੇ ਵੈਰੀ ਨਾਈਸ ਸੂਟ ਦੀ ਮੈਂ ਰੋਜ਼ ਵਲੌਗ ਦੇਖਦੀ ਹਾਂ, ਇਹ ਕੁੜੀ ਨੇ ਕਮੈਂਟ ਮੈਨੂੰ ਲੱਗਦਾ ਤਾਂ ਕਰਤਾ ਕਿ ਵੀ ਇੰਨੇ ਜਣੇ ਦੀ ਬੇਇੱਜ਼ਤੀ ਹੋ ਗਈ, ਮੇਰੀ ਵੀ ਹੋਣੀ ਬਣਦੀ ਆ, ਵੀ ਮੈਂ ਪਿੱਛੇ ਕਿਉਂ ਰਹਿ ਗਈ ਯਾਰ। ਦੀਦੀ ਪਲੀਜ਼, ਕੋਈ ਟਰੱਸਟ ਵਰਤੀ ਵਰਕ ਹੈਗਾ ਵੀ ਆਪਾਂ ਘਰੇ ਕੰਮ ਕਰ ਸਕੀਏ, ਭਾਣੇ ਮੈਂ ਇਹ ਕੰਮ 'ਤੇ ਤਾਂ ਕਿਸੇ 'ਤੇ ਵੀ ਟਰੱਸਟ ਨਹੀਂ ਕਰ ਸਕਦੀ। ਅਤੇ ਕਾਫੀ ਸਾਰੇ ਜਿਹੜੇ ਕਮੈਂਟ ਨੇ ਉਹ ਆਏ ਹੋਏ ਆ, ਇੱਕ ਸਹਿਜ ਖਾਣ ਆ ਉਹ ਬਹੁਤ ਸਪੋਰਟ ਕਰਦੇ ਨੇ ਮੈਨੂੰ, ਸ਼ਰਮ ਕਰ ਲਿਆ ਕਰੋ ਬੋਲਣ ਲੱਗੇ, ਦੀ ਤੁਸੀਂ ਆਪਣਾ ਕੰਮ ਕਰੀ ਚਲੋ, ਲੋਕਾਂ ਦਾ ਕੰਮ ਹੁੰਦਾ ਬੋਲਣਾ, ਉਹ ਹੀ ਤਾਂ ਗੱਲ ਆ, ਮਨਿੰਦਰ ਵਰਗੀਆਂ ਕਾਹਨੂੰ ਹਟਦੀਆਂ ਨੇ, ਕਾਹਨੂੰ ਹਟਦੀਆਂ ਨੇ। ਇਹ ਕਿਹੜੀ ਮਨਿੰਦਰ ਸੀ ਜਿਹਨੇ ਮੈਨੂੰ ਕਮੈਂਟ ਕੀਤਾ ਸੀ ਖੜ ਜਾ, ਇੱਕ ਹੋਰ ਮਨਿੰਦਰ ਵੀ ਆ ਕਿਤੇ, ਉਹਨੂੰ ਨਾ ਕਿਹਾ ਜਾਵੇ ਵਿਚਾਰੀ। ਇਹ ਮਨਿੰਦਰ ਔਲਖ ਸੀ, ਇਹਨੂੰ ਤਾਂ ਕਰਤਾ ਮੈਂ ਕਮੈਂਟ, ਨਾਲੇ ਨਾ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਮੇਰਾ, ਕਿਉਂ ਕੀਤਾ ਗਾ, ਮੈਂ ਤਾਂ ਫਸਟ ਬਲੌਗ ਤੋਂ ਹੀ ਇੰਨਾ ਵੱਕ ਵੱਕ ਕਰਦੀ ਹਾਂ ਨਾ ਰਿੱਕੀ, ਮੈਂ ਤਾਂ ਕਦੇ ਹਟੀ ਹੋਈ ਨਹੀਂ ਵੱਕ ਵੱਕ ਕਰਨ ਨੂੰ, ਇਹ ਤਾਂ ਕੁਆਲਿਟੀ ਹੈ ਮੇਰੇ 'ਚ। ਆ ਮਨਿੰਦਰ ਨੇ ਕੀ ਕਿਹਾ, ਦੀਦੀ ਮੈਂ ਕਰਨੀ ਆ ਜੋਬ ਜੀ, ਮੈਨੂੰ ਸਿਲਾਈ ਆਉਂਦੀ ਆ ਹਰ ਇੱਕ ਤਰ੍ਹਾਂ ਦੀ। ਠੀਕ ਹੈ ਮਨਿੰਦਰ, ਮੈਨੂੰ ਵਟਸਐਪ 'ਤੇ ਮੈਸੇਜ ਕਰ ਦਿਓ 6283177170। ਇਹ ਸੀਗਾ ਜੀ ਆਪਣਾ ਅੱਜ ਦਾ ਬਲੌਗ, ਇਹ ਸੀਗਾ ਆਪਣਾ ਅੱਜ ਦਾ ਬਲੌਗ। ਠੀਕ ਹੈ, ਮਿਲਾਂਗੇ ਹੁਣ ਨੈਕਸਟ ਬਲੌਗ ਦੇ ਵਿੱਚ, ਸਾਰਿਆਂ ਨੇ ਜਿੰਨਿਆਂ ਨੇ ਵੀ ਸਪੋਰਟ ਕੀਤੀ ਆ ਦਿਲੋਂ ਪਿਆਰ ਬਾਈ, ਦਿਲੋਂ ਧੰਨਵਾਦ। ਅਤੇ ਜਿਹੜੇ ਮੇਰੀ ਵੱਕ ਵੱਕ ਨੂੰ ਪਿਆਰ ਕਰਦੇ ਨੇ ਜ਼ਰੂਰ ਮੈਨੂੰ ਕਮੈਂਟ ਕਰਿਓ ਵੀ ਦੀਦੀ ਲਵ ਯੂ ਆਰ ਵੱਕ ਵੱਕ, ਲਵ ਯੂ ਆਰ ਵੱਕ ਵੱਕ, ਓ ਮਾਈ ਗੋਡ ਆਈ ਲਵ ਦਿਸ ਵਰਡ ਵੱਕ ਵੱਕ। ਠੀਕ ਹੈ, ਅਤੇ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸ ਦਿਓ ਸਾਰਿਆਂ ਦੇ ਕਮੈਂਟ, ਜੇ ਕਿਸੇ ਦਾ ਵੀ ਰਹਿ ਜਾਂਦਾ ਕਮੈਂਟ ਤਾਂ ਆਪਾਂ ਜ਼ਰੂਰ ਵਾਪਸ ਰੀਡ ਕਰਿਆ ਕਰਾਂਗੇ, ਜਿੰਨੇ ਕੁ ਰਿਪਲਾਈ ਹੁੰਦੇ ਆ ਮੈਂ ਜ਼ਰੂਰ ਕਰਦੀ ਹਾਂ। ਠੀਕ ਹੈ, ਅਤੇ ਕਿਉਂਕਿ ਥੋੜ੍ਹਾ ਜਿਹਾ ਲੇਟ ਹੋ ਗਏ ਵਲੌਗ ਬਣਾਉਣ ਲੱਗੇ, ਪਹਿਲਾਂ ਕਲਾਇੰਟ ਆ ਗਏ ਸੀ ਤਾਂ ਕਰਕੇ ਉੱਧਰ ਡੀਲ ਕਰਨ ਲੱਗੇ ਸੀ ਆਪਾਂ, ਤਾਂ ਹੁਣ ਆਪਾਂ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਨੈਕਸਟ ਕਨਸੈਪਟ ਦੇ ਨਾਲ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਜੁੜੇ ਰਹੋ ਮੇਰੇ ਚੈਨਲ ਨੂੰ। ਓਕੇ ਬਾਈ, ਬਾਏ ਬਾਏ, ਟਾਟਾ, ਖੁਸ਼ ਰਹੋ ਬਾਈ, ਪਰਮਾਤਮਾ ਤੰਦਰੁਸਤੀ ਬਖਸ਼ੇ।